ਲਾਉਣੇ ਹੁੰਨੇ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਦੇ ਬਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਹੈਪੀ ਨਿਊ ਈਅਰ ਹੈ, ਹੈਪੀ ਨਿਊ ਈਅਰ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਅੱਜ ਆਪਾਂ, ਅੱਜ ਦਸਵੀਂ ਵੀ ਆ, ਅੱਜ ਆਪਾਂ ਚੱਲੇ ਆਪਣੇ ਪੁਰਾਣੇ ਪਿੰਡ ਮਾਣ ਬੀਬੜੀਆਂ ਮਾਨਸਾ। ਆਪਾਂ ਤੁਹਾਨੂੰ ਦਿਖਾਉਣੇ ਆਪਣਾ ਪੁਰਾਣਾ ਪਿੰਡ ਜਿੱਥੇ ਆਪਾਂ ਪਹਿਲਾਂ ਰਹਿੰਦੇ ਸੀਗੇ, ਹੁਣ ਆਪਾਂ ਇੱਥੇ ਆ ਗਏ। ਅਤੇ ਚਲੋ ਆਪਾਂ ਮਿਲਦੇ ਹਾਂ ਉੱਥੇ ਜਾ ਕੇ। ਹਾਂਜੀ ਹੁਣ ਆਪਾਂ ਆ ਗਏ ਮੂਸੇ ਪਿੰਡ, ਅਤੇ ਮੂਸੇ ਪਿੰਡ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਵੀ ਮੂਸਾ ਪਿੰਡ ਕੀ ਸੀ ਅਤੇ ਕੌਣ ਇੱਥੇ ਹੋਇਆ। ਇਹ ਸਾਰਿਆਂ ਨੂੰ ਲਗਭਗ ਪਤਾ ਹੀ ਆ, ਹੈ ਨਾ, ਵੀ ਸਿੱਧੂ ਮੂਸੇ ਵਾਲਾ ਬਾਈ ਇੱਥੋਂ ਹੋਇਆ, ਅਤੇ ਜਿਹਨੇ ਪਤੰਦਰ ਨੇ ਦੁਨੀਆ ਹਿਲਾ ਕੇ ਰੱਖਤੀ। ਇੰਨਾ ਨਾਂ ਨਹੀਂ ਕੋਈ ਬਣਾ ਸਕਿਆ। ਆਹ ਦੇਖੋ ਅੱਜ ਵੀ ਮੇਲਾ ਲਾਈ ਖੜ੍ਹਾ ਇੱਥੇ, ਅਤੇ ਅੱਜ ਵੀ ਸ਼ੋਅ ਲਾਈ ਜਾਂਦਾ, ਅਤੇ ਦੁਨੀਆ ਅੱਜ ਇੱਥੇ ਆ ਰਹੀ ਆ। ਇੱਧਰ ਮੇਲਾ ਲੱਗਿਆ ਪਿਆ ਹੈਗਾ, ਦੇਖ ਸਕਦੇ ਹੋ ਤੁਸੀਂ। ਅਤੇ ਆਹ ਦੇਖੋ ਇੱਧਰ ਗੱਡੀਆਂ ਖੜ੍ਹੀਆਂ ਨੇ, ਅਤੇ ਹੁਣ ਆਪਾਂ ਤੁਹਾਨੂੰ ਅੱਗੇ ਵੀ ਲੈ ਕੇ ਚੱਲਦੇ ਹਾਂ, ਅਤੇ ਅੱਜ ਹਵੇਲੀ 'ਚ ਵੀ ਲੈ ਕੇ ਚੱਲਾਂਗੇ, ਅਤੇ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਬਾਈ ਦੀ ਹਵੇਲੀ। ਇਹਦਾ ਤੁਸੀਂ ਬਾਕੀ ਤੁਹਾਨੂੰ ਆਪਾਂ ਹੁਣ ਅੰਦਰ ਵੀ ਚੱਲਾਂਗੇ, ਪਹਿਲਾਂ ਆਪਾਂ ਉੱਥੇ ਜਾਈਏ, ਫਿਰ ਆਉਂਦੇ ਹੋਏ ਦੇਖਦੇ ਹਾਂ ਅੰਦਰ ਚੱਲਾਂਗੇ, ਕੋਸ਼ਿਸ਼ ਕਰਾਂਗੇ ਅੰਦਰ ਜਾਣ ਦੀ, ਅਤੇ ਬਾਕੀ ਦੇਖਦੇ ਹਾਂ ਕੀ ਬਣਦਾ। ਆ ਜੋ ਬਣੇ ਰਹੇ ਹੋਲਾ ਬਣਾ। ਲਓ ਜੀ ਆ ਗਿਆ ਪਿੰਡ ਮਾਨ ਬੀਬੜੀਆਂ। ਇਹ ਆਪਣਾ ਪੁਰਾਣਾ ਪਿੰਡ ਆ, ਪਹਿਲਾਂ ਆਪਣੇ ਸਾਰੇ ਇੱਥੇ ਹੀ ਰਹਿੰਦੇ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਉੱਥੇ ਵੱਗ ਗਏ। ਆਹ ਸਟੇਡੀਅਮ ਆ ਪਿੰਡ ਦਾ, ਆਹ ਸਰਕਾਰੀ ਸਕੂਲ ਹੈ, ਤੁਸੀਂ ਦੇਖ ਸਕਦੇ ਹੋ। ਅਤੇ ਹੁਣ ਆਪਾਂ ਜਾਈ ਜਾਂਦੇ ਹਾਂ ਅੱਗੇ, ਆਪਾਂ ਜਾਵਾਂਗੇ ਡੇਰੇ 'ਚ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਅਤੇ ਆਪਾਂ ਆਉਣੇ ਹੁੰਦੇ ਹਾਂ, ਅਤੇ ਮੋਟਰਸਾਈਕਲ ਵਿੱਚ ਵੱਜਣਾ ਸੀ। ਇੱਥੇ ਗੁਰੂ ਘਰ ਹੈ, ਇੱਧਰ ਮਾਤਾ ਦਾ ਮੰਦਰ ਹੈ, ਮਾਤਾ ਦਾ ਮੰਦਰ ਇੱਧਰ, ਇੱਥੇ ਅਤੇ ਆਹ ਆਪਣਾ ਡੇਰਾ ਜਿੱਥੇ ਆਪਾਂ ਆਏ ਦਸਵੀਂ ਆਉਣੇ ਹਾਂ, ਇਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਅਤੇ ਚਲੋ ਦਿਖਾਉਂਦੇ ਹਾਂ ਤੁਹਾਨੂੰ। ਲਓ ਜੀ ਹੁਣ ਆਪਾਂ ਪਹੁੰਚ ਗਏ ਆਪਣੇ ਪੁਰਾਣੇ ਪਿੰਡ ਡੇਰੇ 'ਚ। ਆਹ ਦੇਖੋ ਜੀ ਇਹ ਆ ਡੇਰਾ ਆਪਣੇ ਪਿੰਡ ਦਾ, ਇੱਥੇ ਆਪਾਂ ਆਏ ਦਸਵੀਂ ਆਉਣੇ ਹਾਂ, ਅਤੇ ਬਹੁਤ ਵਧੀਆ ਲੱਗਦਾ ਇੱਥੇ ਆ ਕੇ। ਅਤੇ ਨਾਲ ਆਪਣੇ ਅੱਜ ਛੋਟਾ ਆ, ਅਤੇ ਆ ਤੁਸੀਂ ਦੇਖ ਸਕਦੇ ਹੋ ਸਾਰਾ, ਬਹੁਤ ਬਹੁਤ ਜ਼ਿਆਦਾ ਵਧੀਆ ਲੱਗਦਾ ਉਰੇ ਆ ਕੇ, ਬਹੁਤ ਜ਼ਿਆਦਾ ਵਧੀਆ। ਇਹ ਆਪਣੇ ਡੇਰਾ, ਆ ਦੇਖੋ ਜੀ ਇੱਥੇ ਇਹਨਾਂ ਦੀਆਂ ਸੁੱਖਾਂ ਪੂਰੀਆਂ ਹੋਈਆਂ ਨੇ। ਓਕੇ ਜੀ, ਅਤੇ ਫਿਰ ਤੁਹਾਨੂੰ ਹੁਣ ਅੱਗੇ ਵੀ ਆਪਾਂ ਜਾਣਾਂਗੇ, ਉੱਥੇ ਵੀ ਦਿਖਾਵਾਂਗੇ ਤੁਹਾਨੂੰ। ਸਪੋਰਟ ਕਰਿਓ ਬਲੌਗ ਨੂੰ, ਬਲੌਗ ਨਾਲ ਐਂਡ ਤੱਕ ਬਣੇ ਰਹੋ। ਲਓ ਜੀ ਹੁਣ ਆਪਾਂ ਆ ਗਏ ਬਾਈ ਦੀ ਹਵੇਲੀ 'ਚ, ਅਤੇ ਹੁਣ ਆਪਾਂ ਅੰਦਰ ਚੱਲਦੇ ਹਾਂ, ਅੰਦਰ ਜਾ ਕੇ ਦੇਖਦੇ ਹਾਂ, ਹੈ ਨਾ। ਆਹ ਦੇਖੋ ਜੀ ਖੜ੍ਹੇ ਨੇ ਬਾਈ ਸਿੱਧੂ ਮੂਸੇ ਵਾਲੇ ਟਰੈਕਟਰ। ਮਨ ਤਾਂ ਪਰ ਮੇਰਾ ਵੀ ਭਰ ਗਿਆ। ਅਕਾਲੀ ਹੋਣ ਚਾਹੇ ਕਾਂਗਰਸ, ਜਿਹਨੇ ਵੀ ਇਸ ਰੋਲ ਨਿਭਾਇਆ, ਅਸੀਂ ਉਹਦਾ ਡੱਟ ਕੇ ਵਿਰੋਧ ਕਰਦੇ ਹਾਂ, ਅਤੇ ਉਹਨੂੰ ਇਹੀ ਮੰਗ ਕਰਦੇ ਹਾਂ ਕਿ ਉਹ ਪਾਪੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਤਾਂ ਕਿ ਉਹਦੇ ਮਾਂ ਦੇ ਕਾਲਜੇ ਠੰਡ ਪੈ ਸਕੇ। ਇੰਨਾ ਕੁਝ ਕਹਿੰਦੀ ਮੈਂ ਅੱਜ ਉਹਨੂੰ ਸਰਦਾ ਦੇ ਭੇਂਟ ਕਰਦੀ। ਬਸ ਆਹ ਦੇਖੋ ਜੀ ਬਾਈ ਦੇ ਖੜ੍ਹੇ ਨੇ ਟਰੈਕਟਰ 6911, ਜਿਹਦੇ ਕਰਕੇ ਬਾਈ ਦਾ ਨਾਮ ਮਸ਼ਹੂਰ ਸੀ। ਇੱਧਰ ਬਾਈ ਦੀ ਲਾਸਟ ਰਾਈਡ ਵੀ ਖੜ੍ਹੀ ਆ, ਦੇਖ ਸਕਦੇ ਹੋ। ਆਹ ਦੇਖੋ ਬਸ, ਹੈ ਨਾ, ਜਿਹਨੇ ਆਪਣੇ ਤੋਂ ਆਪਣਾ ਬਾਈਕ ਖੋਲ੍ਹਿਆ ਉਹ ਗੱਡੀ ਖੜ੍ਹੀ ਹੈ, ਅਤੇ ਉਹਨੂੰ ਤੁਸੀਂ ਦੇਖ ਸਕਦੇ ਹੋ। ਇੱਧਰ ਟਰੈਕਟਰ ਖੜ੍ਹੇ ਨੇ, ਇੱਧਰ ਸਾਰੇ ਆਏ ਹੋਏ ਨੇ, ਇੱਧਰ ਅੱਜ ਇੱਥੇ ਮਾਤਾ ਜੀ ਬਾਜ਼ਾਰ ਵੀ ਸਾਂਝੇ ਕਰਨਗੇ ਹੁਣ ਥੋੜ੍ਹੇ ਕੁ ਟਾਈਮ ਤੱਕ। ਅਤੇ ਆਹ ਦੇਖ ਸਕਦੇ ਤੁਸੀਂ ਉੱਧਰ ਸਕੋਰਪੀਓ ਜੀਪ ਜੋ ਵੀ ਸੀਗਾ ਉਹ ਇੱਥੇ ਖੜ੍ਹਾ, ਪਰ ਇਕੱਲਾ ਜੋ ਹੈ ਨਹੀਂ, ਇਕੱਲਾ ਬਾਈ ਨਹੀਂ ਹੈਗਾ ਇੱਥੇ, ਸਿੱਧੂ ਮੂਸੇ ਵਾਲਾ ਭਰਾ ਨਹੀਂ ਹੈਗਾ, ਬਾਕੀ ਸਭ ਕੁਝ ਇੱਥੇ ਆ।
ਜਿਵੇਂ ਕਹਿੰਦੇ ਹੁੰਦੇ ਆ ਵੀ ਬੰਦਿਆਂ ਤੋਂ ਮੁੜ ਕੇ ਨਹੀਂ ਆਉਣਾ। ਠੀਕ ਹੈ लो जी, अज हैप्पी न्यू ईयर है, इस करके आप गुरद्वारा साहब आ गए। अज दसवीं भी आ, ये गुरु घर च दसवीं भरती आ, संगत करी जाती है दर्शन। आप भी अंदर जाके दर्शन करते हैं। अज वाला ब्लॉग आप इतने खत्म करते हैं। ब्लॉग में सपोर्ट करो, शेयर करो, कमेंट करो।